ਦੈਨਿਕ ਸਵੇਰਾ ਦੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਾਰਦਵਾਜ। ਤੁਹਾਨੂੰ ਦੱਸ ਦਈਏ ਕਿ ਅਮਰਨਾਥ ਯਾਤਰਾ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ ਅਤੇ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਐਡਮਿਨਿਸਟ੍ਰੇਟਿਵ ਹੋਵੇ, ਪੂਰਾ ਪੱਬਾ ਪਾ ਰਿਹਾ, ਕਿਉਂਕਿ ਅਮਰਨਾਥ ਯਾਤਰਾ ਨੂੰ ਜਾਣ ਵਾਲੇ ਜਿਹੜੇ ਸ਼ਰਧਾਲੂ ਨੇ ਉਹ ਪਠਾਨਕੋਟ ਦੇ ਵਿੱਚੋਂ ਹੀ ਹੋ ਕੇ ਨਿਕਲਦੇ ਨੇ। ਅਤੇ ਤੁਹਾਨੂੰ ਦੱਸ ਦਈਏ ਕਿ ਅੱਜ DC ਪਠਾਨਕੋਟ ਆਦਿੱਤਿਆ ਉੱਪਲ ਜੀ ਵੱਲੋਂ ਜਿਹੜੀ ਹੈ ਮੀਟਿੰਗ ਇੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਿੱਤੀ ਗਈ ਹੈ, ਜਿਸ ਦੇ ਵਿੱਚ ਸਾਫ਼ ਆਦੇਸ਼ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨੂੰ ਦਿੱਤੇ ਗਏ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਵੀ ਜਿਹੜੇ ਹੈ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹੈ ਕਿ ਲੋਕਾਂ ਦੀ ਸੁੱਖ ਸੁਵਿਧਾ ਦੇ ਲਈ ਜੋ ਜੋ ਚੀਜ਼ਾਂ ਮੁਹੱਈਆ ਕਰਵਾਈਆਂ ਜਾਣੀਆਂ ਉਹ ਕਰਵਾਈਆਂ ਜਾਣ। ਇਸ ਤੋਂ ਇਲਾਵਾ ਹੋਰ ਕੀ ਕਹਿਣਾ DC ਆਦਿੱਤਿਆ ਉੱਪਲ ਜੀ ਦਾ, ਤੁਹਾਨੂੰ ਸੁਣਾਉਂਦੇ ਹਾਂ, ਆਓ ਸੁਣੋ। ਦੇਖੋ, ਜਿਵੇਂ ਸਾਰਿਆਂ ਨੂੰ ਪਤਾ ਕਿ ਅਮਰਨਾਥ ਯਾਤਰਾ ਸ਼ੁਰੂ ਹੋ ਚੁੱਕੀ ਹੈ ਅਤੇ ਪੂਰੇ ਦੇਸ਼ ਤੋਂ ਲੋਕ ਜਿਹੜੇ ਵੀ ਅਮਰਨਾਥ ਯਾਤਰਾ ਕਰਦੇ ਆ ਉਹ ਆਪਣੇ ਪਠਾਨਕੋਟ ਦੇ ਇਹੀ ਰੂਟ ਤੋਂ ਬਾਏ ਰੋਡ ਜੰਮੂ ਕਸ਼ਮੀਰ 'ਚ ਐਂਟਰ ਕਰਦੇ ਆ ਅਤੇ ਇਹਦੇ ਕਰਕੇ ਇੱਥੇ ਬਹੁਤ ਜ਼ਰੂਰਤ ਸੀ ਹੈਗੀ ਹੈ ਕਿ ਆਪਾਂ ਇੱਥੇ ਮੁਕੰਮਲ ਅਰੇਂਜਮੈਂਟਸ ਆਪਾਂ ਇੱਥੇ ਕਰੀਏ ਅਤੇ ਉਹਦੇ ਵਿੱਚ ਹੀ ਅਸੀਂ ਕੁਛ ਔਰਗਨਾਈਜ਼ਰਸ ਨੂੰ ਵੀ ਇੱਥੇ ਬੁਲਾਇਆ ਹੋਇਆ ਸੀ ਅਤੇ ਉਹਨਾਂ ਤੋਂ ਵੀ ਅਸੀਂ ਫੀਡਬੈਕ ਲਿੱਤੀ ਹੈ। ਵੱਖ ਵੱਖ ਅਰੇਂਜਮੈਂਟਸ ਜਿਵੇਂ ਕਿ ਫਾਇਰ ਬ੍ਰਿਗੇਡ ਅਸੀਂ ਸਟੇਸ਼ਨ ਕਰਾ ਰਹੇ ਹਾਂ ਅਲੱਗ ਅਲੱਗ ਸੈਕਟਰਸ 'ਤੇ। ਫੋਰ ਇਗਜ਼ਾਮਪਲ, ਜਿਹੜਾ ਸਟ੍ਰੈਚ ਹੈਗਾ ਮਲਕਪੁਰ ਚੌਂਕ ਤੋਂ ਲੈ ਕੇ ਮਾਧੋਪੁਰ ਤੱਕ ਅਤੇ ਉਸ ਤੋਂ ਪਹਿਲਾਂ ਮਿਰਥਲ ਤੋਂ ਲੈ ਕੇ ਮਲਕਪੁਰ ਤੱਕ ਦਾ ਜਿਹੜਾ ਸਟ੍ਰੈਚ ਹੈ, ਅੰਦੂਜੀ ਸਾਈਡ ਤੋਂ ਪਰਮਾਨੰਦ ਤੋਂ ਲੈ ਕੇ ਮਲਕਪੁਰ ਦਾ ਜਿਹੜਾ ਸਟ੍ਰੈਚ ਹੈਗਾ, ਉੱਥੇ ਵੱਖ ਵੱਖ ਥਾਵਾਂ 'ਤੇ ਕਿਉਂਕਿ ਇੰਸਟਾਲ ਹੁੰਦੇ ਨੇ ਲੰਗਰ ਲੱਗਦੇ ਨੇ ਅਤੇ ਉੱਥੇ ਕੋਈ ਵੀ ਫਾਇਰ ਦਾ ਇੰਸੀਡੈਂਟ ਕਿਸੇ ਵੀ ਤਰੀਕੇ ਦਾ ਨਾ ਹੋਏ ਉਹਨੂੰ ਅਵੋਇਡ ਕਰਨ ਦੇ ਲਈ ਇੱਕ ਤਾਂ ਫਾਇਰ ਬ੍ਰਿਗੇਡਸ ਅਸੀਂ ਸਟੇਸ਼ਨ ਕਰਾ ਰਹੇ ਹਾਂ, ਦੂਜਾ ਫਾਇਰ ਆਫਿਸਰ ਵੱਲੋਂ ਲੋਕਾਂ ਨੂੰ ਸੈਂਸੀਟਾਈਜ਼ ਕੀਤਾ ਜਾ ਰਿਹਾ ਔਰਗਨਾਈਜ਼ਰਸ ਨੂੰ ਕਿ ਕਿਵੇਂ ਫਾਇਰ ਸੇਫਟੀ ਅਰੇਂਜਮੈਂਟਸ ਤੁਸੀਂ ਉੱਥੇ ਕਰ ਸਕਦੇ ਹੋ। ਦੂਜੀ ਚੀਜ਼, ਕਿਉਂਕਿ ਕਾਫੀ ਲੋਕ ਆਉਂਦੇ ਆ ਇੱਥੇ ਅਤੇ ਟੋਇਲਟਸ ਦਾ ਅਰੇਂਜਮੈਂਟ ਅਸੀਂ ਕਰ ਰਹੇ ਹਾਂ ਅਤੇ ਵੱਖ ਵੱਖ ਥਾਵਾਂ 'ਤੇ ਸਟ੍ਰੈਟੇਜਿਕ ਏਰੀਆਜ਼ 'ਤੇ ਅਸੀਂ ਜਿਹੜੇ ਟੋਇਲਟਸ ਨੇ ਪੋਰਟੇਬਲ ਉਹਨਾਂ ਨੂੰ ਉੱਥੇ ਇੰਸਟਾਲ ਕਰਾ ਰਹੇ ਹਾਂ। ਇਸ ਤੋਂ ਇਲਾਵਾ ਅਸੀਂ NHAI ਅਥੋਰਿਟੀਜ਼ ਨਾਲ ਵੀ ਗੱਲ ਕੀਤੀ ਹੈ ਕਿ ਤੁਹਾਡੇ ਵੀ ਜਿਹੜੇ ਟੋਇਲਟਸ ਨੇ ਉਹ ਜਿਹੜੇ ਜਿਹੜੇ ਬੰਦ ਪਏ ਨੇ ਉਹਨਾਂ ਨੂੰ ਓਪਨ ਕੀਤਾ ਜਾਏ ਸੋ ਦੈਟ ਲੋਕ ਉਹਨਾਂ ਨੂੰ ਯੂਜ਼ ਕਰ ਸਕਣ। ਇਸ ਤੋਂ ਇਲਾਵਾ ਪਾਣੀ ਦਾ ਜਿਹੜਾ ਅਰੇਂਜਮੈਂਟ ਹੈ ਉਹਦੇ ਵਿੱਚ ਵੀ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਅਤੇ ਇਸ ਤੋਂ ਇਲਾਵਾ ਕਿਉਂਕਿ ਸਿਕਿਉਰਿਟੀ ਦਾ ਅਰੇਂਜਮੈਂਟ ਮੁਕੰਮਲ ਹੋਣਾ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹਦੇ ਕਾਰਨ ਅਸੀਂ ਪੁਲਿਸ ਐਂਡ ਹੋਰ ਜਿਹੜੀ ਫੋਰਸਿਸ ਨੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਹੈ ਕਿ ਅਤੇ ਜਿਹੜੇ ਵੀ ਸਿਕਿਉਰਿਟੀ ਅਰੇਂਜਮੈਂਟਸ ਨੇ ਇਸ ਪੂਰੇ ਸਟ੍ਰੈਚਿਸ 'ਤੇ ਉਹ ਚੰਗੀ ਤਰ੍ਹਾਂ ਹੋ ਸਕਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।